ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ ਇਨਫੋਰਮੇਸ਼ਨ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਲਫਰ ਬਾਰੇ ਤੇ ਜ਼ਿੰਕ ਬਾਰੇ ਕਿਉਂਕਿ ਕੀ ਹੁੰਦਾ ਬਹੁਤ ਸਾਰੇ ਕਿਸਾਨ ਭਰਾ ਗਲਤ ਟਾਈਮ ਤੇ ਸਲਫਰ ਪਾ ਰਹੇ ਨੇ ਜਾਂ ਜ਼ਿੰਕ ਪਾ ਰਹੇ ਨੇ ਜਿਹਦੇ ਨਾਲ ਉਹਨਾਂ ਦਾ ਨੁਕਸਾਨ ਹੋ ਰਿਹਾ ਪੈਸੇ ਦਾ ਤੇ ਬੈਨੀਫਿਟ ਫਸਲ ਨੂੰ ਬਿਲਕੁਲ 0 ਦੇ ਬਰਾਬਰ ਮਿਲਦਾ ਸੋ ਕਿਹੜਾ ਟਾਈਮ ਸਹੀ ਹੁੰਦਾ ਸਲਫਰ ਪਾਉਣ ਦਾ ਜਾਂ ਜ਼ਿੰਕ ਪਾਉਣ ਦਾ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਹੜੀ ਪਾ ਸਕਦੇ ਆ ਜ਼ਿੰਕ 20% ਜਾਂ 33% ਜਾਂ ਕਿੰਨੀ ਡੋਜ਼ ਪਾ ਸਕਦੇ ਆ ਤੇ ਜ਼ਿੰਕ ਤੋਂ 100% ਕੰਮ ਲੈਣ ਵਾਸਤੇ ਆਪਾਂ ਕਿਹੜਾ ਤਰੀਕਾ ਅਪਣਾਈਏ ਜਿਹਦੇ ਨਾਲ ਕਿ 100% ਆਪਣੇ ਖੇਤਾਂ ਦੇ ਵਿੱਚ ਆਪਣੀ ਫਸਲ ਨੂੰ ਜ਼ਿੰਕ ਆਪਣਾ ਕੰਮ ਕਰਕੇ ਜਾਵੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਕਿਉਂਕਿ ਆਪਾਂ ਨੂੰ ਬੈਨੀਫਿਟ ਫੇਰ ਹੀ ਮਿਲਣਾ ਜੇ ਆਪਾਂ ਉਹਨੂੰ ਪ੍ਰੋਪਰ ਢੰਗ ਨਾਲ ਪਾਵਾਂਗੇ ਫਸਲ ਦੇ ਵਿੱਚ ਜਾਂ ਆਪਣੇ ਖੇਤ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਸਾਵਧਾਨੀ ਵਰਤਣੀ ਉਹ ਵਰਤਾਂਗੇ ਉਹਦੇ ਬਾਰੇ ਆਪਾਂ ਵੀਡੀਓ ਚ ਅੱਗੇ ਗੱਲਬਾਤ ਕਰਦੇ ਆ ਜੇਕਰ ਨਵੇਂ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਦਾ ਬੈਲ ਆਈਕਨ ਦਬਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਸਭ ਤੋਂ ਪਹਿਲਾਂ ਆਪਾਂ ਸਲਫਰ ਬਾਰੇ ਗੱਲਬਾਤ ਕਰ ਲਈਏ ਕਿਸਾਨ ਪ੍ਰਭੂ ਜੇਕਰ ਤੁਹਾਡੇ ਖੇਤ ਦੇ ਵਿੱਚ ਕਿਸੇ ਵੀ ਤਰੀਕੇ ਦਾ ਤੁਹਾਡਾ ਖੇਤ ਕਾਰੜਾ ਜਾ ਹੋ ਗਏ ਪਾਣੀ ਨਹੀਂ ਜੀਰਦਾ ਜਾਂ ਤੁਹਾਡਾ ਪਾਣੀ ਥੋੜਾ ਨਰਮ ਜਿਹਦੇ ਕਰਕੇ ਤੁਹਾਡਾ ਪਾਣੀ ਖੇਤ ਦੇ ਵਿੱਚ ਛੜਦਾਗਾ ਪਹਿਲਾ ਨੰਬਰ ਤਾਂ ਕਿਸਾਨ ਪ੍ਰਭੂ ਜੇਕਰ ਪਾਣੀ ਖਰਾਬ ਹੁੰਦਾ ਜਿਆਦਾ ਖੜਦਾ ਉਹਨੂੰ ਕੋਸ਼ਿਸ਼ ਕਰੋ ਕਿ ਖੇਤ ਨੂੰ ਹਵਾ ਲਵਾ ਕੇ ਪਾਣੀ ਲਾਉਂਦੇ ਰਹੋ ਤੇ ਕੱਦੂ ਜ਼ਿਆਦਾ ਨਾ ਕਰੋ। ਸਾਗਾ ਮਾਰ ਕੇ ਵੀ ਉਦਾਂ ਲਾ ਸਕਦੇ ਹਾਂ। ਉਹਦੇ ਉਹ ਇੱਕ ਵੱਖਰਾ ਵਿਸਾ ਉਹਦੇ ਤੇ ਕਦੇ ਗੱਲਬਾਤ ਕਰਦੇ ਆਂਗੇ ਸਾਨੂੰ ਪਰ ਜੇਕਰ ਆਪਾਂ ਸਲਫਰ ਦੇ ਆਸ-ਪਾਸੀ ਗੱਲਬਾਤ ਕਰੀਏ ਜੇਕਰ ਤੁਹਾਡੇ ਖੇਤ ਦੇ ਵਿੱਚ ਪਾਣੀ ਨਹੀਂ ਜੀਰਦਾ ਜਿਵੇਂ ਕਿ ਆਪਾਂ ਗੱਲਬਾਤ ਕਰ ਰਹੇ ਹਾਂ ਜਾਂ ਤੁਹਾਨੂੰ ਲੱਗਦਾ ਕਿ ਤੁਹਾਡੇ ਖੇਤ ਦੇ ਵਿੱਚ ਜਿਹੜੀਆਂ ਫਸਲ ਦੀਆਂ ਜੜਾਂ ਨੇ ਉਹ ਜ਼ਿਆਦਾ ਡੂੰਗਾਈ ਦੇ ਵਿੱਚ ਨਹੀਂ ਜਾਂਦੀਆਂ ਜਾਂ ਜਿਹੜੀਆਂ ਪਤਲੀਆਂ ਜੜਾਂ ਹੁੰਦੀਆਂ ਨੇ ਉਹ ਜਿਆਦਾ ਆਪਾਂ ਕਹ ਲਈਏ ਉਹਨਾਂ ਦੀ ਪ੍ਰੋਗਰੈਸ ਨਹੀਂ ਹੁੰਦੀ ਉਹ ਗਰੋਥ ਨਹੀਂ ਕਰਦੀਆਂ ਤਾਂ ਜ਼ਰੂਰ ਜਿਹੜਾ ਸਲਫਰ ਆ ਤੁਹਾਡੇ ਵਾਸਤੇ ਸਹਾਈ ਹੋਊਗਾ ਜੇਕਰ ਤੁਸੀਂ ਸਲਫਰ ਪਾਉਣਾ ਚਾਹੁੰਦੇ ਹੋ ਕਿਸਾਨ ਭਰਾਵੋ ਤਾਂ 3 ਕਿਲੋ 90% ਵਾਲਾ ਸਲਫਰ ਪਾ ਲਿਓ ਜੂਰੀਆ ਦੇ ਵਿੱਚ ਰਲਾ ਕੇ ਪਾ ਸਕਦੇ ਹੋ ਝੋਨਾ ਲਾਉਣ ਸਮੇਂ ਪਹਿਲੀ ਜੂਰੀਆ ਦੇ ਵਿੱਚ ਵੀ ਪਾ ਸਕਦੇ ਆ ਇਹ ਸਲਫਰ ਤੁਹਾਡਾ ਇਕੱਲਾ ਇਹ ਨਹੀਂ ਹੈਗਾ ਕਿ ਪਾਣੀ ਜੀਰਨ ਦੇ ਵਿੱਚ ਹੀ ਸਹਾਇੀ ਹੋਊਗਾ ਇਹ ਤੁਹਾਡੀਆਂ ਜਿਹੜੀਆਂ ਜੜਾਂ ਨੇ ਜਿਹੜੀ ਰੂਟਸ ਹੁੰਦੇ ਆਗੇ ਆਪਾਂ ਕਹਿੰਦੇ ਆ ਪਲਾਂਟਸ ਦੇ ਤਾਂ ਉਹਦੇ ਤੇ ਇਹ ਵੀ ਕੰਮ ਕਰਦਾ ਹੈਗਾ ਉਹਦੀਆਂ ਜਦੋਂ ਧਰਤੀ ਪੋਲੀ ਹੁੰਦੀ ਹੈ ਤਾਂ ਉਹਦੇ ਵਿੱਚ ਪਲਾਈ ਆਉਂਦੀ ਹੈ ਖੇਤ ਦੇ ਵਿੱਚ ਉਹ ਜੜਾਂ ਆਟੋਮੈਟਿਕਲੀ ਵੱਧਦੀਆਂ ਨੇ ਜਿਹਦੇ ਨਾਲ ਕਿ ਉਹ ਦੂਰੋਂ ਖਾੜਕ ਲੈ ਸਕਦਾ ਪਰ ਨਾਲ ਦੀ ਨਾਲ ਇੱਕ ਗੱਲ ਹੋਰ ਐਡ ਆਨ ਕਰ ਦਈਏ ਕਿਸਾਨ ਭਰਾਵੋ ਮਾਰਕੀਟ ਦੇ ਵਿੱਚ ਜਦੋਂ ਤੁਸੀਂ ਲੈਣ ਜਾਓਗੇ ਜਿੰਨਾਂ ਚੀਜ਼ਾਂ ਸਲਫਰ ਤੁਹਾਨੂੰ ਛੋਟਾ ਜਿਹਾ ਪਟਕ ਜੇ ਫੜਾਈ ਜਾਣਗੇ ਦੇਸੀ ਜੇ ਤੇ ਜਾਂ ਜਿੰਕ ਲੈਣ ਜਾਨੇਓ ਕਿਲੋ ਅੱਧਾ ਕਿਲੋ ਪਾ ਲਓ ਉਹਦੇ ਨਾਲ ਕੁਝ ਵੀ ਨਹੀਂ ਹੋਣਾ ਉਹੋ ਪ੍ਰੋਡਕਟ ਨੇ ਜਿਹੜੇ ਉਹ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਰੇਤੇ ਦਾ ਕੰਮ ਹੀ ਕਰਨਗੇ ਕੋਈ ਬੜੇ ਵਧੀਆ ਕੰਮ ਕਰਨ ਵਾਲੇ ਉਹ ਨਹੀਂ ਹੁੰਦੇ ਜੇਕਰ ਸਲਫਰ ਪਾਉਣਾ 90% ਵਾਲਾ ਪਾ ਲਓ ਪਾਉਣ ਵੇਲੇ ਤੁਹਾਨੂੰ ਲੱਗਦਾ ਹੋਊਗਾ ਕਿ ਜ਼ਰੂਰ ਪਰੇਸ਼ਾਨੀ ਜੀ ਸ਼ਾਇਦ ਆਉਂਦੀ ਹੋ ਇਸੇ ਕਰਕੇ ਤੁਸੀਂ ਜਿਹੜਾ ਥੋੜਾ ਜਿਹਾ ਹੁੰਦਾਗਾ ਉਹਦੇ ਤੇ ਕੰਮ ਕਰਨ ਲੱਗ ਜਾਨੇਓ ਪਰ ਤੁਹਾਨੂੰ ਰਿਜ਼ਲਟ ਜ਼ੀਰੋ ਮਿਲਦੇ ਨੇ ਇਹੀ ਹਾਲ ਜ਼ਿੰਕ ਦਾ ਇਹੀ ਹਾਲ ਆਪਾਂ ਕਹ ਦੀਏ ਕਿ ਪोटाश ਦਾ ਬਹੁਤ ਸਾਰੇ ਵੀਰ ਸੌਖਾ ਵੇ ਹੈਗਾ ਡੀਏਪੀ ਵਰਗੀ ਜਾਂ ਸੁਪਰ ਵਰਗੀ ਪोटाश ਆ ਪਾਉਣ ਦਾ ਪਰ ਪਾਕ ਨਹੀਂ ਰਹੇ ਨੇ ਇੱਕ ਗੱਟਾ ਕਿੱਲੇ ਦੇ ਵਿੱਚ ਉਹਦੇ ਪਰਸੈਂਟੇਜ ਦੇ ਹਿਸਾਬ ਦੇ ਨਾਲ ਉਹ ਲਵੇ ਲਾਉਣੇ ਵੀ ਨਹੀਂ ਲੱਗਦੀ ਕਿਸਾਨ ਭਰੋ ਜੇਕਰ ਦੂਜੀ ਆਪਾਂ 20 ਕਿਲੋ ਪਾ ਰਹੇ ਹਾਂ ਸੋ ਚਲੋ ਆਪਾਂ ਗੱਲ ਕਰੀਏ ਸਲਫਰ ਦੀ ਇਸ ਤਰੀਕੇ ਦੇ ਨਾਲ ਤੁਸੀਂ ਸਲਫਰ ਪਾ ਸਕਦੇ ਹੋ ਜੂਰੀਆ ਦੇ ਵਿੱਚ ਮਿਕਸ ਕਰਕੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਬਾਹਲਾ ਲੇਟ ਸਲਫਰ ਲਾਣ ਨਾਲ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਣ ਵਾਲਾ ਜੇਕਰ ਤੁਸੀਂ 25 ਦਿਨਾਂ ਤੋਂ ਬਾਅਦ ਸਲਫਰ ਪਾਉਣੇ ਉਹਦੋਂ ਤੱਕ ਜਿਹੜੀ ਜੜਾਂ ਨੇ ਉਹ ਡਵਲਪ ਹੋ ਚੁੱਕੀਆਂ ਹੁੰਦੀਆਂ ਨੇ ਜਿਹੜਾ ਪਾਣੀ ਆ ਉਹਨੇ ਆਪਣਾ ਕੰਮ ਕਰ ਚੁੱਕਿਆ ਹੁੰਦਾ ਉਹ ਧਰਤੀ ਨੂੰ ਜਿਹੜਾ ਆਪਾਂ ਕਹਿੰਦੇ ਬਾਉਂਡ ਕਰ ਚੁੱਕਿਆ ਹੁੰਦਾ ਜਿਹੜੀਆਂ ਕਿ ਤੁਹਾਡੀਆਂ ਜੜਾਂ ਨੇ ਬੂਟੇ ਫਰੀਜੇ ਹੋ ਕੇ ਖੜ ਚੁੱਕੇ ਹੁੰਦੇ ਆ ਜਦੋਂ ਇੱਕ ਵਾਰੀ ਫਸਲ ਖੜ ਗਈ ਫਿਰ ਉਹਨੇ ਛੇਤੀ ਕਿਤੇ ਫਸਲ ਨੇ ਗ੍ਰੋਥ ਨਹੀਂ ਕਰਨੀ ਹੁੰਦੀ ਫਿਰ ਆਪਣੀ ਲਵਾਈ ਦਾ ਟਾਈਮ ਆਪਣੀ ਵੈਰਾਈਟੀ ਕਿਸਮ ਕਿਹੜੇ ਟਾਈਮ ਤੇ ਲਾਈ ਆ ਉਹ ਚੀਜ਼ਾਂ ਮੈਟਰ ਨਹੀਂ ਕਰਦੀ ਉਹ ਆਪਾਂ ਉਸ ਬਾਉਂਡਰੀ ਚੋਂ ਬਾਹਰ ਚਲੇ ਜਾਂਦੇ ਆ ਸੋ ਸਲਫਰ ਤੇ ਗੱਲਬਾਤ ਹੋ ਗਈ ਕਿਸਾਨ ਭਰਾਵੋ ਦੂਸਰੀ ਗੱਲ ਜੇਕਰ ਆਪਾਂ ਕਰੀਏ ਜ਼ਿੰਕ ਦੀ ਪਹਿਲਾ ਨੰਬਰ ਦਾ ਕਿਸਾਨ ਭਰਾ ਉਹ ਪਉਣੀ ਕਿਹੜੀ ਆ 21% ਵਾਲੀ 9 ਤੋਂ 10 ਕਿਲੋ ਪਾ ਸਕਦੇ ਹੋ 11 ਕਿਲੋ ਤੱਕ ਵੀ ਪਾ ਸਕਦੇ ਹੋ ਤੇ ਜੇਕਰ ਤੁਸੀਂ ਪਾ ਰਹੇ ਹੋ 33% ਵਾਲੀ ਜ਼ਿੰਕ ਜਿਹੜੀ ਕਿ ਖਾਸ ਕਰਕੇ ਮਾਰਕੀਟ ਦੇ ਵਿੱਚ ਵੱਧ ਮਿਲਦੀ ਆ ਮਾਰਕੀਟ ਦੇ ਵਿੱਚ ਜੋ ਵੀ ਡੀਲਰ ਨੇ 21% ਵਾਲੀ ਰੱਖਣ ਵੇਲੇ ਵੇਚਣ ਵੇਲੇ ਪਰੇਸ਼ਾਨੀ ਆਉਂਦੀ ਐ ਇਸੇ ਕਰਕੇ ਮਿਲਦੀ ਨਹੀਂ ਕੰਮ ਕੋਈ ਘਟ ਨਹੀਂ ਕਰਦੀ ਉਹ ਕੰਮ ਸਾਰਾ ਤੋਂ ਬਾਇਓਸਟਿਕ 21% ਵਾਲੀ ਦਾ ਪਰ ਕਾਰਨ ਕੀ ਆ ਉਹਨੂੰ ਕੈਰੀ ਕਰਨਾ ਔਖਾ ਇਸੇ ਕਰਕੇ 33% ਵਾਲੀ ਵੱਧ ਕਿਸਾਨਪੁਰਾ ਪਾ ਰਹੇ ਨੇ ਜੇਕਰ 33% ਵਾਲੀ ਪਾ ਰਹੇ ਤਾਂ 7 ਤੋਂ ਲਾ ਕੇ 8 ਕਿਲੋ ਤੱਕ ਵਰਤ ਸਕਦੇ ਹੋਗੇ ਕੋਈ ਪ੍ਰੋਬਲਮ ਨਹੀਂ ਦੂਜਾ ਨੰਬਰ ਜੇਕਰ ਸੋਇਲ ਟੈਸਟ ਕਰਾਇਆ ਤਾਂ ਫਿਰ ਆਪਣੇ ਹਿਸਾਬ ਦੇ ਨਾਲ ਸੋਇਲ ਟੈਸਟ ਦੇ ਹਿਸਾਬ ਦੇ ਨਾਲ ਵੀ ਪਾ ਸਕਦੇ ਹੋ ਘੱਟ ਵੱਧ ਤੁਹਾਡੀ ਮਾਤਰਾ ਡਿਪੈਂਡ ਕਰਦੀ ਹੈ ਜੇਕਰ ਜਿਆਦਾ ਪ੍ਰੋਬਲਮ ਹੈ ਜ਼ਿੰਕ ਦੀ ਜਿਆਦਾ ਕਮੀ ਆ ਤਾਂ ਤੁਸੀਂ ਡੋਜ਼ ਥੋੜੀ ਵਧਾ ਵੀ ਸਕਦੇ ਹੋ ਹੁਣ ਆਪਾਂ ਵੱਡੀ ਗੱਲ ਆ ਜਾਂਦੀ ਆ ਪੌਣੀ ਕਿਵੇਂ ਆ ਗਲਤੀ ਕਿੱਥੇ ਕਰਦੇ ਆ ਕਿਸਾਨ ਭਰਾ ਕਿਉਂ ਨਹੀਂ 100% ਜ਼ਿੰਕ ਦਾ ਬੈਨੀਫਿਟ ਲੈ ਪਾਉਂਦੇ ਉਹਦਾ ਕਾਰਨ ਕੀ ਆ ਕਿ ਬਹੁਤ ਸਾਰੇ ਵੀਰ ਨੇ ਜਿਹੜੇ ਸ਼ੁਰੂਆਤ ਦੇ ਵਿੱਚ ਜਿਵੇਂ ਕਿ ਹੁਣ ਚੱਲਣ ਚੱਲ ਰਿਹਾ ਕਿ ਸੁਪਰ ਰਜਾ ਡੀਏਪ ਬੀਜਣੀ ਆ ਜਾਂ ਸੱਟਾ ਦੇਣਾ ਕद्दू ਦੇ ਮੂਰੇ ਜਾਂ ਸੁੱਕੇ ਖੇਤ ਦੇ ਵਿੱਚ ਬੀਜਣੀ ਆ ਜਾਂ ਸੱਟਾ ਦੇਣਾ ਜਾਂ ਲੌਣ ਸਰਸਾ ਸੱਟਾ ਦੇਣਾਗਾ ਉਹਦੇ ਨਾਲ ਜਿੰਕ ਨਹੀਂ ਆਪਾਂ ਪਾਉਣਾ ਹੁੰਦਾ ਜਿੰਕ ਦਾ ਆਪਾਂ ਗੈਪ ਰੱਖ ਸਕਦੇ ਆਂਗੇ ਘੱਟੋ ਘੱਟ ਹਫ਼ਤੇ ਦਾ ਕਿਉਂਕਿ ਫਿਰ ਇਹ ਦੋਨੇ ਚੀਜ਼ਾਂ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ ਭਾਵੇਂ ਆਪਣੇ ਸਾਹਮਣੇ ਸੀਸਾ ਨਹੀਂ ਹੁੰਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਆਪਣੀ ਜਿਹੜੀ ਕੰਮ ਕਰਨ ਦੀ ਜਿਹੜੀ ਇਹ ਸਮਰੱਥਾ ਗਈ ਉਹ ਗਵਾ ਲੈਂਦੇ ਨੇ ਇਸੇ ਕਰਕੇ ਇਹਨਾਂ ਦਾ ਘੱਟੋ ਘੱਟ ਇੱਕ ਹਫ਼ਤੇ ਦਾ فاਸਲਾ ਜ਼ਰੂਰ ਰੱਖਿਓ ਜਿਵੇਂ ਕਿ ਅੱਜ ਝੋਨਾ ਲਾਇਆ ਅੱਜ ਆਪਾਂ ਨੇ ਪਹਿਲੀ ਜੂਰੀਆ ਦੇ ਵਿੱਚ ਐ ਸੁਪਰ ਜਾਂ ਪोटाश ਮਿਕਸ ਕਰਕੇ ਪਾਤਾ ਤਾਂ ਘੱਟੋ ਘੱਟ ਹਫ਼ਤੇ ਬਾਅਦ ਆਪਾਂ ਦੂਸਰੀ ਜੂਰੀਆ ਦੇ ਵਿੱਚ ਜ਼ਿੰਕ ਪਾ ਸਕਦੇ ਹਫ਼ਤੇ 10 ਦਿਨਾਂ ਬਾਅਦ ਪਰ ਜ਼ਿੰਕ ਵੀ ਪਾਤਾ ਫੇਰ ਵੀ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਕੀ ਹੁੰਦਾ ਕਿ ਜਰ ਉਹਨਾਂ ਕੰਮ ਨਹੀਂ ਕਰਦੀ ਉਹਦਾ ਕੰਮ ਨਾ ਕਰਨ ਦੇ ਵੀ ਕਈ ਕਾਰਨ ਨੇ ਕਿਸਾਨ ਭਰਾਓ ਤੁਸੀਂ ਡੋਜ ਵੀ ਫੁੱਲ ਪਾ ਦਿੰਦੇ ਹੋ ਪਰ ਤੁਹਾਡੇ ਖੇਤਾਂ ਦੇ ਵਿੱਚ ਕੰਮ ਫੇਰ ਵੀ ਨਹੀਂ ਕਰਦੀ ਉਹਦਾ ਕੀ ਕਾਰਨ ਆ ਉਦੇ ਬਾਰੇ ਜੇਕਰ ਗੱਲਬਾਤ ਕਰੀਏ ਕਿਸਾਨ ਪ੍ਰਭੂ ਆਪਾਂ ਨੇ ਕੀ ਕਰਨਾ ਹੁੰਦਾ ਪਹਿਲੇ 15 ਦਿਨ ਪਾਣੀ ਆ ਜਿਹੜਾ 15 ਤੋਂ 20 ਦਿਨ ਨਦੀਨਾਂ ਵਾਸਤੇ ਖੜਾ ਕੇ ਰੱਖਣਾ ਹੁੰਦਾ ਕਿਉਂਕਿ ਨਦੀਨ ਹਰੇ ਹੋਣ ਤੋਂ ਭਾਵੇਂ ਕਿ ਆਪਾਂ ਦਵਾਈ ਆ ਜਿਹੜੀ ਨਦੀਨ ਨਾਸਕਾ ਕੋਈ ਵੀ ਹਰਬੀ ਛੜ ਆਪਾਂ ਪਾ ਦਿੰਨੇ ਹੁੰਨੇ ਆ ਪਰ ਫਿਰ ਵੀ ਕਈ ਵਾਰੀ ਆਪਣੇ ਖੇਤਾਂ ਦੇ ਵਿੱਚ ਉਹਨਾਂ ਕੰਮ ਨਹੀਂ ਕਰਦੇ ਤੇ ਫਿਰ ਜਾ ਕੇ ਜਦੋਂ ਨਦੀਨ ਹਰੇ ਹੋ ਜਾਂਦੇ ਫਿਰ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਵਾਸਤੇ ਕੀ ਕਰਨਾ ਕਿਸਾਨ ਪ੍ਰਭੂ ਆਪਾਂ ਆਪਣੇ ਹਿਸਾਬ ਦੇ ਨਾਲ ਆਪਣੇ ਖੇਤ ਦੇ ਹਿਸਾਬ ਦੇ ਨਾਲ ਆਪੋ ਨੇ ਇੰਨਾ ਕੰਮ ਜਰੂਰ ਕਰ ਲੈਣਾ ਜੇਕਰ ਹਫਤੇ 10 ਦਿਨਾਂ ਤੋਂ ਜ਼ਿੰਕ ਪਾ ਰਹੇ ਹੋ ਤਾਂ ਖੇਤ ਨੂੰ ਜਦੋਂ ਜ਼ਿੰਕ ਤੁਸੀਂ ਪਾਤਾ ਭਾਵੇਂ ਪਾਣੀ ਚ ਪਾਤਾ ਜਾਂ ਜਿਵੇਂ ਵੀ ਪਾਤਾ ਜੂਰੀਆ ਚ ਮਿਕਸ ਕਰਕੇ ਛੱਟਾ ਦੇਤਾ ਉਸ ਤੋਂ ਬਾਅਦ ਖੇਤ ਨੂੰ ਹਵਾ ਜਰੂਰ ਲਵਾ ਲਓ ਨਾ ਮਾਤਰ ਜੀ ਕਹਿਣ ਦਾ ਭਾਵ ਜਿਹਨੂੰ ਆਪਾਂ ਜੇਕਰ ਆਪਾਂ ਸੌਖੇ ਸ਼ਬਦਾਂ ਚ ਕਹੀਏ ਕਿ ਕਿਤੇ ਕਿਤੇ ਪੈੜਾਂ ਜੀਆਂ ਚ ਪਾਣੀ ਖੜਾ ਹੋਵੇ ਉਸ ਤੋਂ ਬਾਅਦ ਤੁਰੰਤ ਪਾਣੀ ਛੱਡ ਲਿਓ ਇਥੋਂ ਤੱਕ ਨਾ ਸਕਾਓ ਕਿ ਖੇਤ ਦੇ ਵਿੱਚ ਕਈ ਖੇਤਾਂ ਦੇ ਵਿੱਚ ਹਾਰਡ ਹੁੰਦੇ ਆ ਤਰੇੜਾਂ ਪੈ ਜਾਂਦੀਆਂ ਨੇ ਉੱਥੋਂ ਤੱਕ ਨਾਲ ਜਾਓ ਇੰਨਾ ਕ ਸਕਾ ਕੇ ਜੇਕਰ ਤੁਸੀਂ ਪਾਣੀ ਲਾਓਗੇ ਤਾਂ ਤੁਹਾਡਾ ਜੈਂਕਾ ਜਿਹੜਾ 100% ਤੁਹਾਨੂੰ ਬੈਨੀਫਿਟ ਦੇ ਕੇ ਜਾਊਗਾ ਹੀ ਜਾਊਗਾ ਸੋ ਆਪਾਂ ਤਰੀਕੇ ਸੁਧਾਰੀਏ ਚੀਜ਼ਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਹੁੰਦੀ ਆਪਾਂ ਜਦੋਂ ਆਪਣਾ ਤਰੀਕਾ ਗਲਤ ਹੁੰਦਾ ਨਾ ਉਦੋਂ ਆਪਾਂ ਨੂੰ ਲੱਗਦਾ ਕਿ ਯਾਰ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਸੋ ਇੰਨੀਆਂ ਕ ਗੱਲਾਂ ਤੁਹਾਡੇ ਨਾਲ ਇਹਨਾਂ ਦੋਨੋਂ ਚੀਜ਼ਾਂ ਬਾਰੇ ਸਾਂਝੀਆਂ ਕਰਦੇ ਆਂ ਅਸੀਂ ਕਿਸਾਨ ਭਰਾਵੋ ਕਿਸੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ